लत भाई थोड़ी पिछे करवाए किन्ना के दुद्ध दे कोले भाई अफजल दुद्ध भाई विरादर थले कोई 10 किलो जे पक्का फिर 10 किलो दुआ टाइम दा टोटल बच्चे समेत दुद्ध 10 किलो टाले सुटनिया ने सुटनिया ने ठीक है सलाम अलैकुम सजनो ते बेलियो उम्मीद करना के सारे दोस्त अहबाब अल्लाह पाक दे फजल ते करम दे नाल हैरियत नाल होंदे अज दिन जी हफ्ते दा ते इस टाइम सियालकोट दे नामवर नौजवान ते माशाल्लाह जी सस्ते व्यापारी मोहम्मद अफजाल साहब दे डेरे ते मौजूद हां ते माशाल्लाह जी भाई अफजाल साहब मेहनत करके दोस्तां वास्ते पंज खूबसूरत असली ते नस्ली मुनासिब कीमत वाले जानवर लैके आए ने कम से कम कीमत है जी 1,80,000 सारे जानवरों की तसली करवाने ते इन्हां दा जिहड़ा प्यार मुहब्बत वाला जायज मुनासिब रेट है वह भी मालूम करने भाई अफजाल साहब के डेरे का एड्रैस दोस्तों नूं समझा दिंदे आ जी तहसीलों जिला सियालकोट है पिंड का नाम है जी करलूप मेन अड्डा लगता डल वाली मजीद भाई इन्हां दे नंबर स्क्रीन पर आ रहे हैं दोस्त कॉल करके राबता कर सकते हैं भाई अफजाल साहब आओ जी सामने जी अस्सलाम वालेकुम जी वालेकुम सलाम जी भाई अफजाल साहब क्या हाल है ठीक हो जी अल्लाह दा करम भाई फल तू इधरों ठीक हो जी अल्लाह पाक दा बड़ा शुक्र ओदी जात दा बड़ा करम है शौक अगे भी अच्छा करवांदे हो दोस्त जनाब दे नाम तो जनाब दे काम तो वाकिफ ने एड्रेस भी समझा दिता अज भी खड़ा के अफजाल दा फिर जी अल्लाह दा करम भाई फिर काम थोड़ा करने आ भरा सपोर्ट कर देने इनां दी मेहरबानी ते बिस्मिल्लाह करो शौक कराओ क्योंकि मौसम खराब है तो गर्मी बहुत ज्यादा किस्मत वाले तुही अगे ते गर्मी बड़ी है एक वीडियो बना के आए बुरा हाल हो गया आही ਤੁਹਾਡੇ ਕੋਲ ਆਇਆ ਤੇ ਅੱਲਾਹ ਜ਼ਾਤ ਨੇ ਰਹਿਮਤ ਕੀਤੀ ਉੱਤੇ ਤੇ ਬੱਦਲ ਹੋਇਆ ਹੁਣ ਤੇ ਹੁਣ ਕੋਸ਼ਿਸ਼ ਕਰਨੀ ਹੈ ਕਿ ਜੇ ਅੱਲਾਹ ਜ਼ਾਤ ਰਹਿਮਤ ਕੀਤੀ ਹੈ ਨਾ ਤੇ ਤੁਸੀਂ ਅੱਜ ਦੋਸਤਾਂ ਨੂੰ ਫੁੱਲੀ ਰਾਜ਼ੀ ਕਰ ਛੱਡਣਾ ਅੱਲਾਹ ਦੇ ਕੋਲ ਭਾਈ ਫਿਰ ਅੱਲਾਹ ਪਾਕ ਰਹਿਮਤ ਕਰੇ ਤੇ ਫਿਰ ਸਾਡੇ ਵੀ ਕੰਮ ਹੋਣ ਦੇਣਾ ਸਾਰੇ ਜੀ ਜੀ ਕਰਵਾਈਏ ਸ਼ੋਕ ਆਓ ਜੀ ਭਾਈ ਇਤਨਾ ਲੈ ਕੇ ਆਓ ਮਾਸ਼ਾਅੱਲਾ ਜੀ ਕਿਧਰੋਂ ਸ਼ੁਰੂ ਕਰਨਾ ਜੀ ਲਿਆਓ ਜੀ ਭਾਈ ਮਾਸ਼ਾਅੱਲਾ ਜੀ ਨੰਬਰ ਆ ਗਈ ਇੱਕ ਤੇ ਚੰਗੀ ਕਾਦਾ ਵਰੇ ਤੇ ਜਿਹੜੀ ਚੀਜ਼ ਪਿੱਛੇ ਦੋਸਤਾਂ ਨੂੰ ਚੈੱਕ ਕਰਨੀ ਮਾਸ਼ਾਅੱਲਾ ਜੀ ਆਪ ਹੀ ਤੇ ਆਵੇ ਪਿੱਛੇ ਬ੍ਰਾਂਡ ਮਾਸ਼ਾਅੱਲਾ ਜੀ ਲਿਆਓ ਜੀ ਭਾਈ ਇਤਨਾ ਨਾ ਥੇ ਜ਼ਰਾ ਸਿੱਧੀ ਕਰਕੇ ਖਿਲਾਰਨੀ ਜੀ ਭਾਈ ਅਫਜ਼ਾਲ ਕਿੰਨਵਾਂ ਸੂਆ ਜੀ ਇਹਦਾ ਭਾਈ ਫਿਰ ਦੂਸਰਾ ਸੂਆ ਹੈ ਸੋਵਾ ਦੂਸਰਾ ਵੇ ਭਾਈ ਇੱਥੇ ਖਿਲਾ ਰਹੇ ਹੋ ਕਾਦਾ ਵਰੇ ਥਣਵੀ ਸੋਹਣੇ ਮੁੱਠੀ ਲੱਗੇ ਨੇ ਮਾਸ਼ਾਅੱਲਾ ਜੀ ਹਾਈਟ ਚੰਗੀ ਲਾਮ ਚੰਗੀ ਲਿਬਾਸ ਜੀ ਦੋਸਤਾਂ ਚੈੱਕ ਕਰਵਾ ਦਿੰਦੇ ਆ ਕਿਦਾਂ ਦੀ ਸੂਈ ਹੈ ਭਾਈ ਫਿਰ 3 ਦਿਨ ਹੋ ਗਏ ਨੇ ਬੋਲੇ ਤੇ ਵੇ ਸੋਵਾ ਦੂਸਰਾ ਸੂਈ ਹੈ ਦਿਨ ਤਕਰੀਬਨ 3 ਹੋ ਗਏ ਨੇ ਥਣ ਸੋਹਣੇ ਦੋਰੇ ਮੱਝਾਂ ਦੇ ਲੱਗੇ ਨੇ ਗਾਂ ਦੀ ਗਾਂ ਵੇ ਮੱਝ ਦੀ ਮੱਝ ਤੇ ਬੋਲਾ ਕਿੰਨਾ ਕੇ ਭਾਈ ਅਫਜ਼ਾਲ ਦੇ ਕੋਲ ਭਾਈ ਫਿਰ ਥਲੇ ਕੋਈ 11 ਕਿ ਲੀਟਰ ਹੈ ਤਕਰੀਬਨ ਟੋਟਲ ਬੱਚੇ ਸਮੇਤ ਬੱਚੇ ਸਮੇਤ ਠੀਕ ਹੈ ਜੀ ਫਿਲਹਾਲ ਬੋਲੇ ਤੇ ਵੇ ਜਿਉਂ ਜਿਉਂ ਨੇ ਦੁੱਧ ਤੇ ਜਾਣਾ ਵੇ ਅੱਟਾਂ ਸੁਟਣੀਆਂ ਨੇ ਦੁੱਧ ਇਨਸ਼ਾਅੱਲਾ ਜ਼ਿਆਦਾ ਕਰੇ ਦੀ ਆ ਚੈੱਕ ਕਰੋ ਮਾਸ਼ਾਅੱਲਾ ਜੀ ਜ਼ਿਆਦਾ ਬੱਚੀ ਵਾ ਦੇਖੋ ਕੀ ਬਾਤ ਹੈ ਹੈਗਾ ਨਹੀਂ ਪੂਰਾ ਮਾਸ਼ਾਅੱਲਾ ਜੀ ਬ੍ਰਾਂਡ ਹੈ ਜੀ ਬੱਚੀ ਦਾ ਚਿਹਰਾ ਵੇਖਣਾ ਪਿੰਕ ਨੋਜ਼ ਹੈ ਨਾੜੂ ਸਾਹਮਣੇ ਨਜ਼ਰ ਆਉਂਦਾ ਹੈ ਮਾਸ਼ਾਅੱਲਾ ਜੀ ਤਿੰਨਾਂ ਦਿਨਾਂ ਦਾ ਜਾ ਵੇ ਆਪੀ ਤੇ ਆਵੇ ਪਿੱਛੇ ਜਿਹੜੀ ਚੀਜ਼ ਹੈ ਮਾਸ਼ਾਅੱਲਾ ਜੀ ਪੂਰੀ ਲਾਜਵਾਬ ਜ਼ਿਆਦਾ ਹੈ ਬੱਚੀ ਜੰਮਦੀ 50-60,000 ਦੀ ਵੇਖਦੀ ਅੱਲਾ ਦੇ ਕੋਲ ਠੀਕ ਹੈ ਅਨਸਲੀ ਚੀਜ਼ ਹੈ ਮਾਸ਼ਾਅੱਲਾ ਅਸਲੀ ਚੀਜ਼ ਹੈ ਠੀਕ ਹੈ ਜੀ ਤੋਰੇ ਭਾਈ ਇਹਨਾਂ ਗਾਂ ਦੀ ਕੀ ਨਸਲ ਜੇ ਗਾਂ ਵੀ ਰੈੱਡ ਫਰੀਜ਼ੀਅਨ ਭਾਈ ਫਿਰ ਰੈੱਡ ਫਰੀਜ਼ੀਅਨ ਤੇ ਕ੍ਰਾਸ ਸਾਈਵਾਲ ਦਾ ਕ੍ਰਾਸ ਦੇ ਬ੍ਰਾਂਡ ਠੀਕ ਹੈ ਮਜ਼ਬੂਤ ਗਰਾਸ ਜੀ ਮਾਸ਼ਾਅੱਲਾ ਜੀ ਬੋਲਾ 11 ਕਿਲੋ ਜੀ ਸਾਈਵਾਲ ਤੇ ਰੈੱਡ ਫਰੀਜ਼ੀਅਨ ਗਰਾਸ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ ਨਸਲੀ ਬੱਚੀ ਹੈ ਕਰਮਲੀਆ ਵੀ ਦੋਨੇ ਕਾਦਾਵਰੇ ਮਈਆਂ ਦਾਣਾ ਹੈ ਅਗਰੇ ਭਾਈ ਬਿਲਕੁਲ ਜੀ ਗਾਂ ਦੀ ਗਾਂ ਵੇ ਮਾਈ ਦੀ ਮਾਜੇ ਹਾਈਟ ਵੀ ਚੰਗੀ ਹੈ ਕਾਦਾਵਰੇ ਹੁਣ ਦੋਸਤਾਂ ਨੂੰ ਫਿਰ ਚੈੱਕ ਕਰਵਾ ਦਿੰਨੇ ਆ ਬੋਲਾ 11 ਕਿਲੋ ਜੀ ਭਾਈ ਅਫਜ਼ਾਲ ਸਾਹਿਬ ਕਰੋ ਜਰਾ ਖੜਾਕਦਾ ਹੁਣ ਭਾਈ ਮੇਰਾ ਡੈਡੀ ਇਸ 3 ਲੱਖ ਦੀ ਠੀਕ ਹੈ ਤੇ ਹਾਂ ਭਰਾਵਾਂ ਨੂੰ ਸ਼ੌਕ ਕਰਾਉਣਾ ਹੈ ਅੱਲਾ ਦੇ ਘੁੰਮਣਾ चलो जी किसी नहीं देनी है चीज चंगी है अगे भाई लिया जी नंबर दो वाली अगे आ गई माशाल्लाह जी नंबर दो आ गई वाइट ब्यूटी माशाल्लाह जी खूबसूरती वेखनी है क्वालिटी चेक करनी है पूरी गवर्नमेंट वाले भाई इधर टोरे जरा लम्मी जी भाई अफजाल किनवा सुआ सुई है जी भाई फिर दूसरा सुआ है ते अल्लाह दे कोला देखो थण कैसा अल्लाह ने लाया थण बड़े अनमोल सोहने मुठी चवां थणा दा साइज बड़ा प्यारा वे सुआ दूसरा नंबर आ गई दो ते जा भाई अगे करे हुण जरा सीधी करके खिला रहे हो तनान भाई ਕਿਦਾਂ ਦੀ ਸੂਈ ਹੈ ਭਾਈ ਅਫਜ਼ਾਲ ਹੈ ਭਾਈ ਫਿਰਾਜ਼ ਨੂੰ ਦੇਣ ਕੋ 8 ਕੋ ਹੋ ਗਏ 8 ਕੇ ਦਿਨ ਹੋ ਗਏ ਨੇ ਜਾ ਕੀ ਪਿੱਛੇ ਤੇ ਬੱਚਾ ਖਿਲਾ ਰਹਾ ਭਾਈ ਜਰਾ ਇਹ ਪਿੱਛੇ ਤੇ ਬੱਚਾ ਮਾਸ਼ਾਅੱਲਾ ਜੀ ਇੱਥੇ ਖਿਲਾ ਰਹਾ ਜਰਾ ਸੋਣੀ ਜੀ ਕਰਕੇ ਦਿਨ ਤਕਰੀਬਨ 8 ਕੋ ਹੋ ਗਏ ਨੇ ਪੂਰੀ ਗੋਲਮਟ ਵਾਲੇ ਜਿਸਮ ਦੋਸਤਾਂ ਵੇਖਣੀ ਹੈ ਹੁਸਨ ਵਾਲੀ ਚੀਜ਼ ਹੈ ਤੇ ਥਣ ਦੋਸਤਾਂ ਵੇਖਣੇ ਨੇ ਸੋਹਣੇ ਪਾਵਰਫੁਲ ਮੁੱਠੀ ਮੱਝਾਂ ਵਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਲੱਤ ਭਾਈ ਥੋੜੀ ਪਿੱਛੇ ਕਰਵਾਇਓ ਕਿੰਨਾ ਕੁ ਦੁੱਧ ਦੇ ਕੋਲ ਭਾਈ ਅਫਜ਼ਾਲ ਦੁੱਧ ਭਾਈ ਫਿਰ ਥੱਲੇ ਕੋਈ 10 ਕੁ ਕਿਲੋ ਜੇ ਪੱਕਾ ਫਿਰ 10 ਕਿਲੋ ਦੋਆ ਟਾਈਮਾਂ ਦਾ ਟੋਟਲ ਬੱਚੇ ਸਮੇਤ ਦੁੱਧ 10 ਕਿਲੋ ਟਾਂ ਵਾਲੇ ਸੁਟਣੀਆਂ ਨੇ ਸੁਟਣੀਆਂ ਨੇ ਠੀਕ ਹੈ ਭਾਈ ਇਹਦਾ ਚਿਹਰਾ ਵੀ ਸਾਹਮਣੇ ਕਰਿਓ ਜੀ ਆ ਬੈਠ ਦਾ ਚਿਹਰਾ ਵੀ ਦੋਸਤਾਂ ਵੇਖਣਾ ਹੈ ਅਲਕੀ ਜੀ ਟੋਰ ਕੇ ਲਿਆਓ ਜੀ ਨਸਲ ਕੀ ਜੀ ਦੀ ਨਸਲ ਭਾਈ ਫਿਰ
ਫਰੀਜ਼ੀਅਨ ਠੀਕ ਹੈ ਫਰੀਜ਼ੀਅਨ ਤੇ ਚੋਲਸਤਾਨੀ ਗਲਾਸ ਮਾਸ਼ਾਅੱਲਾ ਜੀ ਮਜ਼ਬੂਤ ਗਲਾਸ ਤੋਰ ਵੇਖੋ ਮੋਰਾਂ ਵਾਲੀ ਪੂਰੀ ਨਵਾਬ ਚੀਜ਼ ਹੈ ਜੀ ਲਿਆਓ ਜੀ ਭਾਈ ਦੇ ਨਾਲ ਪਰਤਾ ਕੇ ਹੈ ਹੀ ਪੂਰੀ ਮੋਰ ਹੈ ਤੁਸੀਂ ਭਾਈ ਜਾ ਕੇ ਕੱਢੋ ਜਰਾ ਲੰਮੀ ਟੋਰ ਜਰਾ ਪੂਰੀ ਤਸੱਲੀ ਕਰਾਓ ਜਾ ਕੇ ਕੱਢਿਓ ਐ ਮਾਸ਼ਾਅੱਲਾ ਜੀ ਟੋਰ ਵੀ ਦੋਸਤਾਂ ਵੇਖ ਲੈਣੀ ਨੰਬਰ ਦੋ ਤੇ ਚੈੱਕ ਕਰਵਾਈਏ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਫਿਲਹਾਲ ਜਿਹੜਾ ਮੌਜੂਦਾ ਹੋਵੇ 10 ਕਿਲੋ ਹੋਵੇ ਫਰੀਜ਼ ਜੀ ਦੇ ਵਿੱਚ ਚੋਲਸਤਾਨੀ ਗਲਾਸ ਹੈ ਜੀ ਭਾਈ ਅਫਜ਼ਲ ਸਾਹਿਬ ਕੀ ਰੇਟ ਹੈ ਜੀ ਵੈਟ ਨੰਬਰ 2 ਦਾ ਰੇਟ ਭਾਈ ਫਰਿਆਦ ਅੱਜ ਲਾਣੇ ਨੇ ਪੈਕੇਜ ਲਾ ਦੇ ਕੋਈ ਠੀਕ ਹੈ दो लख पचहत्तर हजार दो सत्तर हो गया जी बेहतर हो गया माशाल्लाह ठीक है मामूली जहा प्यार मोहब्बत होता लम्मा चौड़ा मार्जिन है नहीं अगर भाई लो जी नंबर तीन वाली आज की वीडियो का ब्रांड खूबसूरत चीज है फिलहाल कच्ची है चेहरे की खूबसूरती वेखनी है भी झुंगी है कन्न छोटे ने भाई लम्मी टोरे जरा जी भाई अफजाल साहब गब्बन है जी गब्बन भाई फरियाद किनवा सुवा ने सुना दूसरा भाई फरियाद खिला रहे भाई जान सुवा दूसरा सुना पूरी हुसन अली असली नस्ली शो पीस चीज है काले थन लगे ने आ चक्कर हो माशाल्लाह जी है भी साउ दिन किने ले रही है दिन को 15 काट दिया दी अल्लाह दे कोना 15 के दिन सुवा दूसरा भाई सोण वाली बैडी है अब बिल्कुल जी लाल दी अल्लाह दे कोना नस्लानु शरफा असली फुल नस्ली है ते है भी साउ है माशाल्लाह जी दिन तकरीबन 15 के लंदी है घर जा के भाई फरियाद है कोई बैडी दे थन च को मसला होए किसे गल दी मसला होए ते जिम्मेदार होंदे ठीक है जी भाई दा चेहरा सामने करया है भी चुंगी कान छोटे हल्का जे टोल के लियाओ जी नंबर 3 ते चेक करवाने आ पे मथे च बैंड भी है वे की नसल है भाई अफजल साहब भाई फरियाद दी नसल नहीं दसनी है भरावा पी दसनी है ब्रांड है ब्रांड अल्लाह दे कोना देखो किथे के जानी बैडी माशाल्लाह जी आ चेक करो जी फिलहाल दिन तकरीबन 15 दस ना भाई सुबह दूसरा सोना जर्सी नहीं उठा दोस्तों वेख लेना भाई ये नाम एक मिनट फिर जरा खिला रहे सीधी करो माशाल्लाह नंबर 3 ते चेक करवाइए अज दी वीडियो दा तोहफा हुसन वाली चीज सुवा दूसरा है भी साऊ ला चलो भाई दनान साहब की रेट है भाई अफजल वैट नंबर 3 दा गाड़ी भाई फरियाद 3 लाख दी ठीक है यहाँ भरावन गिफ्ट ही देने ने 2,90,000 2,90,000 चीज भी नस्ली 15 दिन ला रही है कीमत 2,90,000 बेहतरीन हो गया जी अगे भाई लाओ जी नंबर 4 वाली अगे आ गई माशाल्लाह जी नंबर 4 ते सुई है जी ए भाई फिर बच्चा दा मर गया देखो ठीक है क्या बात है जी जिंदा बात लियाओ जी भाई इतना ए भी साऊ है ज्यादा मर गया वे सुबह किनवा सुई है जी सुबह दूसरा भाई फिर थान सोने पावरफुल मजा ने लगे ने भाई भाई फिर हाडे कोल सुई है ते ज्यादा ही तस्वीर वीडियो नंबर 5 नंबर 4 ਦੇ ਚੈੱਕ ਕਰੋ ਇਹ ਕੀਮਤ ਡਿਮਾਂਡ 2 ਲੱਖ ਹੈ ਕਰ ਦੇ ਚਲੋ ਉਹਦਾ ਹੱਕ ਬੰਦ ਹੈ ਅਗੇ ਭਾਈ ਲਿਆਓ ਜੀ ਨੰਬਰ 5 ਵਾਲੀ ਆਓ ਜੀ ਭਾਈ ਅਫਜ਼ਲ ਸਾਹਿਬ ਇਹਦੀ ਤਫਸੀਲ ਦਵੋ ਜ਼ਰਾ
ਕੀ ਤਫਸੀਲ ਹੈ ਜੀ? ਬਾਈ ਫਰਿਆਦ ਸਿਰਫ ਇਹਦੇ ਪੈਰਾਂ ਨੂੰ ਨੁਕਸੇ ਜਿਹੜਾ ਪੱਕੇ ਦਰਿਆ ਕੇ ਜਿਹੜਾ ਫਿਰ ਫਿਰ ਕੇ ਨਾ ਤੇ ਪੱਕੇ ਘਸ ਗਏ ਨੇ ਪੈਰ। ਅੱਛਾ ਜੇ ਫੇਲ ਹੋ ਗਈ ਆ ਵੀਡੀਓ ਤੇ ਠੀਕ ਹੈ, ਨਹੀਂ ਤਾਂ ਫਿਰ ਆਣ ਜਿਹੜੀ ਨਾ ਤੁਸੀਂ ਇਹ ਕਰਨੀ ਨਹੀਂ, ਕੱਚੇ ਤੇ ਲਾਹਣ ਨਹੀਂ ਸਾਡੇ ਕੋਲ ਪੱਕੀ ਜਗ੍ਹਾ। ਅੱਛਾ ਉਸ ਮਹੱਲੇ ਬੰਦਾ ਹੈਗਾ ਯਾਰ ਤੇ ਫਿਰ ਉਹਨੇ ਕੋਲ ਜਾਣੀ, ਕਿਉਂਕਿ ਇਹਦੇ ਨਾਲ ਦੀ ਜਿਹੜਾ ਮੁੱਲ ਕਰਨਾ ਨਾ ਬੱਚੀ ਵੀ ਨਹੀਂ ਕਿਸੇ ਦੇਣੀ। ਠੀਕ ਤੇ ਦੂਜੀ ਗੱਲ ਹੈ, ਵੇਖੋ ਜਿੱਥੋਂ ਦੀ ਮਰਜ਼ੀ ਪਿਆ ਕਿ ਜੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਲੱਗਦਾ। उम्मीदवार फिर फुल आजाद हुई है। ठीक है जी, दुध किन्ना के कोल? पूरी ब्रांड चीज है। नस्ल की जदी? नस्ल भाई फराद हां जी, नस्ल की दसो। ठीक है, हल्का जा भाई बस चक्कर लवा लिया लै बस नु। माशाल्लाह जी, जेड़ा इशू भाई ने पहले वाजा किया जी, सुबह तीसरा सुई है। माशाल्लाह जी, नंबर आ गई पाई ते थाने भी दोस्तों वेख लेने ने। गबन निकलन दे विच चांस है ने? हां जी। ठीक है, एक ना ही खाली करके देने आ मेरे को भरा के दा पास करा दे ते कोई मुश्किल नहीं। ठीक है जी, مزید کوئی دوستاں واسطے پیغام؟ بس بھرا دوواں جی یاد رکھنا پاکستان زندہ باد۔ جی بھائی افضل، بہت شکریہ، امید کرنے دوستاں نے ویڈیو پسند آئی ہوئی ہے، اجازت چاہنے ہیں، اللہ حافظ۔